ਅੱਜ ਹੁਸ਼ਿਆਰਪੁਰ ਵਿਖੇ ਤੇਜਾ ਸਿੰਘ ਰਾਹੀ ਦੀ ਨਵੀਂ ਕਿਤਾਬ ਜੀਵਨ ਕੀ ਹੈ ਦਾ ਵਿਮੋਚਨ ਕੀਤਾ ਗਿਆ। ਇਸ ਮੌਕੇ ਤੇ ਤੇਜਾ ਸਿੰਘ ਰਾਹੀ ਨੇ ਦੱਸਿਆ ਕਿ ਉਹਨਾਂ ਨੇ ਖੁੱਲ੍ਹੀ ਕਵਿਤਾ ਰਾਹੀਂ ਇਸ ਕਿਤਾਬ ਵਿੱਚ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਵਿਮੋਚਨ ਦੇ ਮੌਕੇ ਤੇ ਕਈ ਜਨਮਾਨੇ ਵਿਅਕਤੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਕਸ਼ਿਸ਼ ਹੁਸ਼ਿਆਰਪੁਰੀ, ਵਕੀਲ ਟੇਰਕਿਆਨਾ, ਸੰਦੀਪ ਸੈਣੀ ਅਤੇ ਹੋਰ ਵੀ ਲੋਕਾਂ ਨੇ ਲੇਖਕ ਤੇਜਾ ਸਿੰਘ ਰਾਹੀ ਨੂੰ ਇਸ ਨਵੀਂ ਕਿਤਾਬ ਦੇ ਉੱਪਰ ਵਧਾਈ ਦਿੱਤੀ। ਕੈਮਰਾਮੈਨ ਲਖਵਿੰਦਰ ਲੱਕੀ ਦੇ ਨਾਲ ਕੈਪਟਨ ਕਿਸ਼ੋਰ ਦੀ ਰਿਪੋਰਟ। ਪਰ ਜਿਸ ਤਰ੍ਹਾਂ ਖੁੱਲ੍ਹੀ ਕਵਿਤਾ ਦੇ ਵਿੱਚ ਵੀ ਇਹਨਾਂ ਨੇ ਤੁਕਾਤ ਪੈਦਾ ਕੀਤਾ,